ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਲੰਗਰ ਤਿਆਰ ਕਰਨ ਲੱਗੇ ਹਾਂ। ਲੰਗਰ ਵਿੱਚ ਅਸੀਂ ਨਿਊਟਰੀ ਦੇ ਚਾਵਲ ਬਣਾਉਣ ਲੱਗੇ ਹਾਂ। ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਚਲੋ ਜੀ, ਹੁਣ ਲੰਗਰ ਬਣਾਉਣਾ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਅਸੀਂ ਨਿਊਟਰੀ ਨੂੰ ਉਬਾਲ ਲਵਾਂਗੇ। 4 ਸਪੂਨ ਨਮਕ ਪਾਉਣਾ ਜੀ। 4 ਟੀ ਬੈਗ ਪਾਵਾਂਗੇ ਜੀ। ਹੁਣ ਅਸੀਂ ਨਿਊਟਰੀ ਨੂੰ ਉਬਾਲ ਲਵਾਂਗੇ ਜੀ ਕੱਜ ਕੇ। ਨਿਊਟਰੀ ਸਾਡੀ ਉਬਲ ਚੁੱਕੀ ਹੈ ਜੀ। ਹੁਣ ਅਸੀਂ ਕੜਾਹੀ 'ਚ ਤੇਲ ਪਾਵਾਂਗੇ। ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ। ਜਦੋਂ ਦਾ ਸਾਡਾ ਤੇਲ ਗਰਮ ਹੁੰਦਾ ਹੈ, ਅਸੀਂ ਮਸਾਲੇ ਤਿਆਰ ਕਰ ਲੈਂਦੇ ਹਾਂ। ਹੁਣ ਅਸੀਂ ਕਟੋਰੇ 'ਚ ਮੈਗੀ ਮਸਾਲਾ ਪਾਵਾਂਗੇ। ਹੁਣ ਅਸੀਂ ਨਿਊਟਰੀ ਮਸਾਲਾ ਪਾਵਾਂਗੇ। ਹੁਣ ਅਸੀਂ ਕਿਚਨ ਕਿੰਗ ਪਾਊਡਰ ਪਾਵਾਂਗੇ। ਹੁਣ ਅਸੀਂ ਧਨੀਆ ਪਾਊਡਰ ਪਾਵਾਂਗੇ। ਹੁਣ ਅਸੀਂ ਹਲਦੀ ਪਾਵਾਂਗੇ। ਕਸਤੂਰੀ ਮੇਥੀ ਪਾਵਾਂਗੇ। ਕਾਲੀ ਮਿਰਚ ਪਾਊਡਰ ਪਾਵਾਂਗੇ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਗਰਮ ਪਾਣੀ ਨਾਲ। ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਗਏ ਜੀ ਤੇ ਤੇਲ ਵੀ ਸਾਡਾ ਗਰਮ ਹੋ ਗਿਆ। ਸਭ ਤੋਂ ਪਹਿਲੇ ਤੇਲ ਵਿੱਚ ਅਸੀਂ ਪਿਆਜ਼ ਐਡ ਕਰਾਂਗੇ।
ਪਿਆਜ਼ ਨੂੰ ਅਸੀਂ ਗੋਲਡਨ ਬਰਾਊਨ ਹੋਣ ਤੱਕ ਪਕਾ ਲੈਣਾ। ਪਿਆਜ਼ ਸਾਡੇ ਗੋਲਡਨ ਬਰਾਊਨ ਹੋ ਚੁੱਕੇ ਆ, ਹੁਣ ਅਸੀਂ ਅਦਰਕ ਲਸਣ ਦਾ ਪੇਸਟ ਐਡ ਕਰਾਂਗੇ ਤੇ 2 ਮਿੰਟ ਹੋਰ ਪਕਾ ਲਵਾਂਗੇ। ਸਾਡਾ ਅਦਰਕ ਲਸਣ ਦਾ ਪੇਸਟ ਵੀ ਬਚ ਚੁੱਕਿਆ, ਹੁਣ ਅਸੀਂ ਡਰਾਈਡ ਓਨੀਅਨ ਐਡ ਕਰਾਂਗੇ ਤੇ 2 ਮਿੰਟ ਹੋਰ ਪਕਾ ਲਵਾਂਗੇ। ਸਾਡਾ ਫਰਾਈਡ ਓਨੀਅਨ ਵੀ ਪੱਕ ਚੁੱਕਿਆ, ਹੁਣ ਅਸੀਂ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਵਾਂਗੇ। ਹੁਣ ਅਸੀਂ ਕਟੋਰੇ ਜੋ ਮਸਾਲੇ ਤਿਆਰ ਕੀਤੇ ਸੀ ਉਹ ਵੀ ਕੜਾਹੀ ਵਿੱਚ ਪਾ ਲਵਾਂਗੇ। ਅਸੀਂ ਮਸਾਲਿਆਂ ਨੂੰ ਵੀ 5 ਤੋਂ 7 ਮਿੰਟ ਲਈ ਪਕਾ ਲਵਾਂਗੇ ਮੀਡੀਅਮ ਫਲੇਮ ਤੇ। ਇਹ ਦੇਖੋ ਜੀ ਮਸਾਲੇ ਵੀ ਚੰਗੀ ਤਰ੍ਹਾਂ ਪੱਕ ਚੁੱਕੇ ਆ, ਹੁਣ ਅਸੀਂ ਟਮਾਟਰ ਦਾ ਪੇਸਟ ਐਡ ਕਰਾਂਗੇ। ਚਾਰ ਸਪੂਨ ਨਮਕ ਪਾਵਾਂਗੇ ਤੇ 5 ਤੋਂ 7 ਮਿੰਟ ਲਈ ਪਕਾ ਲਵਾਂਗੇ। ਸਾਡਾ ਟਮਾਟਰ ਦਾ ਪੇਸਟ ਵੀ ਪੱਕ ਚੁੱਕਿਆ, ਹੁਣ ਅਸੀਂ ਲਾਲ ਮਿਰਚ ਪਾਊਡਰ ਪਾਵਾਂਗੇ ਤੇ 2 ਮਿੰਟ ਲਈ ਹੋਰ ਪਕਾ ਲਵਾਂਗੇ। ਹੁਣ ਅਸੀਂ ਨਿਊਟਰੀ ਤੇ ਕੀਮਾ ਨਿਊਟਰੀ ਦੋਵੇਂ ਪਤੀਲੇ 'ਚ ਐਡ ਕਰ ਦਾਂਗੇ। ਨਿਊਟਰੀ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ 5 ਤੋਂ 7 ਮਿੰਟ ਲਈ ਪਕਾ ਲਵਾਂਗੇ। ਪੰਜ ਤੋਂ ਸੱਤ ਮਿੰਟ ਅਸੀਂ ਨਿਊਟਰੀ ਨੂੰ ਮਸਾਲਿਆਂ ਨਾਲ ਪਕਾ ਲਿਆ, ਹੁਣ ਅਸੀਂ 10 ਮਿੰਟ ਲੋ ਫਲੇਮ ਤੇ ਪਕਾਵਾਂਗੇ ਥੋੜਾ ਜਿਹਾ ਗਰਮ ਪਾਣੀ ਐਡ ਕਰਕੇ। ਅਸੀਂ 10 ਮਿੰਟ ਕੱਚ ਕੇ ਹੀ ਪਕਾਵਾਂਗੇ ਜੀ। ਹੁਣ ਅਸੀਂ ਹਰੀ ਮਿਰਚ ਦਾ ਪੇਸਟ ਪਾਵਾਂਗੇ ਤੇ 2 ਮਿੰਟ ਲਈ ਹੋਰ ਪਕਾ ਲਵਾਂਗੇ।
ਅਸੀਂ ਸ਼ਿਮਲਾ ਮਿਰਚ ਐਡ ਕਰਾਂਗੇ ਬਰੀਕ ਕੱਟੀ ਹੋਈ। ਹੁਣ ਅਸੀਂ ਥੋੜ੍ਹਾ ਜਿਹਾ ਹੋਰ ਗਰਮ ਪਾਣੀ ਐਡ ਕਰਾਂਗੇ ਅਤੇ 20 ਮਿੰਟ ਲਈ ਕੱਚ ਕੇ ਪਕਾ ਲਵਾਂਗੇ। ਜਦ ਤੱਕ ਸਾਡੀ ਨਿਊਡਰੀ ਤਿਆਰ ਹੋ ਰਹੀ ਹੈ ਅਸੀਂ ਚਾਵਲ ਵੀ ਤਿਆਰ ਕਰ ਲੈਂਦੇ ਹਾਂ। ਅਸੀਂ 20 ਮਿੰਟ ਪਕਾ ਲਿਆ ਜੀ, ਹੁਣ ਅਸੀਂ ਸੋਇਆ ਸੌਸ ਐਡ ਕਰਾਂਗੇ। ਹੁਣ ਅਸੀਂ ਗ੍ਰੀਨ ਚਿੱਲੀ ਸੌਸ ਐਡ ਕਰਾਂਗੇ। ਹੁਣ ਅਸੀਂ ਰੈੱਡ ਚਿੱਲੀ ਸੌਸ ਐਡ ਕਰਾਂਗੇ। ਹੁਣ ਅਸੀਂ ਧਨੀਆ ਐਡ ਕਰਾਂਗੇ। ਹੁਣ ਅਸੀਂ ਗਰਮ ਮਸਾਲਾ ਐਡ ਕਰਾਂਗੇ। ਤੇ 2 ਮਿੰਟ ਲਈ ਹੋਰ ਪਕਾ ਲਵਾਂਗੇ। ਸਾਡੇ ਨਿਊਡਰੀ ਅਤੇ ਚਾਵਲ ਤਿਆਰ ਹੋ ਚੁੱਕੇ ਆ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਹੁਣ ਅਸੀਂ ਕੰਟੇਨਰ ਭਰਾਂਗੇ।
ਹੁਣ ਅਸੀਂ ਜਾ ਰਹੇ ਹਾਂ ਜੀ ਲੰਗਰ ਵਰਤਾਨ। ਅਸੀਂ ਲੰਗਰ ਵਰਤਾਇਆ ਜੀ। ਵੀਡੀਓ ਦੇਖਣ ਲਈ ਧੰਨਵਾਦ ਜੀ।